ਜਿਹੜੇ ਸਵਾਲ ਨੇ ਉਹ ਗੁਰਬਾਣੀ ਉਚਾਰਨ ਬਾਰੇ ਵੀ ਹਨ ਔਰ ਬਾਕੀ ਜੋ ਸਾਡੀਆਂ ਪ੍ਰਚਲਿਤ ਮਰਿਆਦਾਵਾਂ ਨੇ ਉਹਨਾਂ ਬਾਰੇ ਵੀ ਹਨ। ਤੋ ਇੱਕ ਸਵਾਲ ਜਿਹੜਾ ਉਹ ਸਾਡੇ ਸਾਹਮਣੇ ਆ ਰਿਹਾ ਉਹ ਹੈ ਕਿ ਉਚਾਰਨ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਤੁਕ ਹੈ ਪੰਨਾ 709 ਤੇ, ਸੰਤ ਉਦਾਹਰਣ ਦਿਆਲੰਗ ਆਸੰਗ ਗੋਪਾਲ ਕੀਰਤਨਾ। ਜਿਨ੍ਹਾਂ ਨੇ ਸਵਾਲ ਕੀਤਾ ਹੈ ਉਹ ਪੁੱਛਦੇ ਨੇ ਵੀ ਇਹ ਜੋ ਸ਼ਬਦ ਹੈ ਊੜੇ ਨੂੰ ਅੰਕੜ ਧੱਦਾ ਰਰਾ ਤਿੜਾਣ, ਇਹਦਾ ਉਚਾਰਨ ਜਿਹੜਾ ਇਹ ਉਧਰਨ ਕਰਨਾ ਹੈ ਕਿ ਉਧਾਰਨ ਕਰਨਾ। ਮੈਂ ਫਿਰ ਰਿਪੀਟ ਕਰ ਰਿਹਾ ਕਿਉਂਕਿ ਸਵਾਲ ਐਸਾ ਹੈ ਕਿ ਉਧਰਨ ਕਰਨਾ ਹੈ ਧੱਦਾ ਲਾ ਕੇ ਕਿ ਉਧਾਰਨ ਕਰਨਾ, ਭਾਵ ਧੱਦੇ 'ਤੇ ਜ਼ੋਰ ਦੇਣਾ ਜਾਂ ਨਹੀਂ ਦੇਣਾ। ਤੋ ਇਹ ਜੋ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਧਰ ਅਤੇ ਉਧਰਨ ਦੋਨਾਂ ਰੂਪਾਂ ਵਿੱਚ ਕਈ ਥਾਂ 'ਤੇ ਆਇਆ ਹੈ। ਤੋ ਸਵਾਲਕਰਤਾ ਨੇ ਇਹ ਜੋ ਪੁੱਛਿਆ ਹੈਗਾ ਉਚਾਰਨ ਬਾਰੇ, ਮੈਂ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਆਪਣੇ ਆਪ ਨੂੰ ਅਨਮਿਊਟ ਕਰ ਲੈਣ ਔਰ ਇਸ ਸਵਾਲ ਦਾ ਉੱਤਰ ਸਾਡੇ ਨਾਲ ਸਾਂਝਾ ਕਰਨ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਨੇ ਜਿਸ ਤਰ੍ਹਾਂ ਕਿ ਸਵਾਲ ਦੱਸਿਆ ਹੀ ਹੈ, ਸੋ ਸੰਤ ਉਧਰਨ ਦਿਆਲੰਗ ਆਸਰੰਗ ਗੋਪਾਲ ਕੀਰਤਨ ਹੈ, ਉਧਰਨ ਅਧਕ ਸਹਿਤ ਬੋਲਣਾ ਹੈ ਕਿ ਨਹੀਂ, ਇਹ ਸਵਾਲ ਸੀ। ਤੇ ਪਹਿਲਾਂ ਅਸੀਂ ਇਸ ਪੰਕਤੀ ਦਾ ਅਰਥ ਦੇਖ ਲੈਂਦੇ ਹਾਂ ਕਿ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ। ਇੱਥੇ ਉਧਰਨ ਤੋਂ ਭਾਵ ਹੈ ਬਚਾਉਣ ਵਾਲਾ। ਤੇ ਉਧਰਨ ਦਾ ਉਚਾਰਨ ਅਰਥ ਮੁਤਾਬਿਕ ਦੋ ਅਰਥਾਂ ਵਿੱਚ ਗੁਰਬਾਣੀ ਵਿੱਚ ਆਉਂਦਾ ਹੈ। ਇੱਕ ਤਾਂ ਹੈ ਜਿਹੜਾ ਉਧਰ ਜਾਂਦਾ ਹੈ, ਸਿੱਖ ਉਧਰਦਾ ਹੈ, ਦੂਜਾ ਹੈ ਗੁਰੂ ਜਾਂ ਪ੍ਰਭੂ ਉਧਾਰ ਦਿੰਦਾ ਹੈ। ਤੇ ਇੱਕ ਉਧਰਨ ਵਾਲਾ ਹੈ ਮਤਲਬ ਬਚਾਉਣ ਵਾਲਾ, ਤੇ ਦੂਜਾ ਬਚਣ ਵਾਲਾ ਹੈ ਤੇ ਦੂਜਾ ਹੈ ਬਚਾਉਣ ਵਾਲਾ। ਤੇ ਬਚਨ ਤੇ ਬਚਾਉਣ ਦੋਨਾਂ ਦੇ ਅਰਥਾਂ ਵਿੱਚ ਫਰਕ ਹੈ, ਇਸ ਲਈ ਉਚਾਰਨ ਵਿੱਚ ਵੀ ਹਲਕਾ ਜਿਹਾ ਫਰਕ ਪੈ ਜਾਂਦਾ ਹੈ। ਇੱਕ ਬਚਨ ਵਾਲਾ ਹੈ ਉਹ ਹੈ ਸਿੱਖ ਜਾਂ ਮਨੁੱਖ, ਤੇ ਦੂਜਾ ਬਚਾਉਣ ਵਾਲਾ ਹੈ ਗੁਰੂ ਜਾਂ ਪ੍ਰਭੂ। ਜਿੱਥੇ ਗੱਲ ਬਚਨ ਵਾਲੇ ਦੀ ਆਏਗੀ ਉੱਥੇ ਉਚਾਰਨ ਹੋਏਗਾ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧ ਪਲਸ ਰਣ ਉਧਰਨ ਹਾਰ ਪਾਓ, ਉਹ ਬਚਨ ਯੋਗ ਹੈ। ਜਦੋਂ ਉਧਰਨ ਦਾ ਅਰਥ ਹੈ ਉਧਰਦੇ ਹਨ ਤੇ ਉਸ ਵਿੱਚ ਉਚਾਰਨ ਉਧ ਪਲਸ ਰਣ ਉਧ ਰਣ ਹੋ ਜਾਵੇਗਾ। ਤੇ ਜਦੋਂ ਕਿਸੇ ਦਾ ਉਧਾਰ ਕਰ ਰਿਹਾ ਹੈ, ਕਿਸੇ ਨੂੰ ਬਚਾ ਰਿਹਾ ਹੈ, ਜਦੋਂ ਅਰਥ ਹੋਵੇ ਤਾਂ ਫਿਰ ਉਧਾਰ ਕਰਦੇ ਹਨ, ਫਿਰ ਉਚਾਰਨ ਹੋਏਗਾ ਊ ਪਲਸ ਧਰਨ ਉਧ ਊ ਧਰਨ। ਜਿਵੇਂ ਸੰਤ ਉਧਰਨ ਭਾਵ ਉਧਾਰ ਕਰਨ ਵਾਲਾ, ਊ ਪਲਸ ਧਰਨ, ਅਧਕ ਦੀ ਲੋੜ ਨਹੀਂ ਪੈਂਦੀ ਹੈ, ਸਿਰਫ ਉਧ ਪਲਸ ਰਣ ਤੇ ਊ ਪਲਸ ਧਰਨ, ਬਸ ਇਤਨਾ ਉਚਾਰਨ ਦਾ ਫਰਕ ਹੈ। ਜਿਹੜਾ ਤੇ ਬਚਨ ਵਾਲਾ ਹੈ ਉਸ ਲਈ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧ ਪਲਸ ਰਣ ਉਧਰਨ ਹਾਰ, ਤੇ ਸੰਤ ਊ ਪਲਸ ਧਰਨ, ਸੰਤ ਜਨਾਂ ਦਾ ਉਧਾਰ ਕਰਨ ਵਾਲਾ ਉਹ ਹੈ ਦਿਆਲੰਗ, ਉਹ ਦਇਆ ਦਾ ਘਰ ਪ੍ਰਭੂ ਹੈ। ਇੱਕ ਪੰਕਤੀ ਹੋਰ ਦੇਖ ਲੈਂਦੇ ਹਾਂ। ਹਮਰੋ ਸਹਾਓ ਸਦਾ ਸਦ ਭੂਲਨ ਤੁਮਰੋ ਬਿਰਧ ਪਤਿਤ ਉਧਰਨ, ਉਧਾਰ ਕਰਨ ਵਾਲਾ ਤੁਮਰੋ ਬਿਰਧ ਪਤਿਤ ਊੜਾ ਪਲਸ ਤਰਨ। ਸੋ ਜੋ ਗੱਲ ਸਮਝ ਆਈ ਹੈ ਕਿ ਉਧਰਨ ਦਾ ਉਚਾਰਨ ਅਰਥ ਮੁਤਾਬਕ ਕਰਨਾ ਹੈ, ਜੇ ਤੇ ਬਚਨ ਵਾਲਾ ਹੈ ਤੇ ਉਧ ਪਲਸ ਰਣ, ਤੇ ਜੇ ਬਚਾਉਣ ਵਾਲੇ ਲਈ ਆਇਆ ਹੈ ਤੇ ਊੜਾ ਪਲਸ ਧਰਨ। ਉਮੀਦ ਹੈ ਵੀਰ ਜੀ ਨੂੰ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਉਚਾਰਨ ਦਾ ਬੜਾ ਵੱਡਾ ਮਹੱਤਵ ਹੈ,
जे असी गुरबाणी नूं समझणा, क्योंकि जो उच्चारण ठीक नहीं होएगा तो कई बार अर्थ जिहड़े ने बिल्कुल उल्ट हो जाते हैं। तो जिस तरह हुण भैन जी दस्सिया कि ऊड़ा अगेतर ला के ਉਹ ਧਰਨ ਅਤੇ ਦੂਸਰਾ ਹੈ ਉਧਰਨ, ਤੋ ਦੋਨਾਂ ਦੇ ਅਰਥਾਂ ਦਾ ਫਰਕ ਪੈ ਜਾਂਦਾ ਹੈ। ਤੋ ਜਿਸ ਤਰ੍ਹਾਂ ਭੈਣ ਜੀ ਨੇ ਬਾਖੂਬੀ ਦੱਸਿਆ ਹੈ ਕਿ ਉਧਰ ਤੋਂ ਭਾਵ ਹੈ ਕਿ ਜਿਹੜਾ ਜਿਹਦਾ ਬਚਾਅ ਹੁੰਦਾ ਉਹ ਧਰਨ ਬਚਾਅ ਕਰਨ ਵਾਲਾ ਭਾਵ ਗੁਰੂ, ਜਿਸ ਤਰ੍ਹਾਂ ਇਸ ਸਲੋਕ 'ਚ ਵੀ ਇਸੇ ਤਰ੍ਹਾਂ ਆਇਆ ਕਿ ਸੰਤ ਉਧਰਨ ਦਿਆਲੰ ਆਸਰੰਗ ਗੋਪਾਲ ਕੀਰਤਨ ਹੈ। ਤੋ ਖਿਆਲ ਰੱਖਣਾ ਕਿ ਜਿਸ ਵੇਲੇ ਅਸੀਂ ਪਾਠ ਕਰਨਾ ਕਿ ਇਹਨੂੰ ਅਸੀਂ ਆਮ ਤੌਰ 'ਤੇ ਉਧਰਨ ਨਾ ਪੜ ਜਾਈਏ, ਸੰਤ ਉਧਰਨ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ। ਗੁਰਬਾਣੀ ਵਿੱਚ ਹੋਰ ਬੜੇ ਐਸੇ ਅੱਖਰ ਨੇ ਜਿਸ ਸਾਨੂੰ ਧਿਆਨ ਦੀ ਲੋੜ ਹੈ, ਕਿਉਂਕਿ ਗੱਲ ਅਗੇਤਰ ਦੀ ਚੱਲੀ ਹੈ। ਜਿਵੇਂ ਲੱਖ ਤੋਂ ਅਲੱਖ, ਇਹਨੂੰ ਅਲੱਖ ਜੇ ਪੜ੍ਹਿਆ ਜਾਏ ਤਾਂ ਇਹਦੇ ਅਰਥ ਹੋਰ ਹੋ ਜਾਣਗੇ। ਅਲੱਖ ਜਿਹੜਾ ਲਿਖਿਆ ਨੇ ਜਸ ਦੇ ਵਿੱਚ, ਕੈਨਟ ਬੀ ਐਕਸਪਲੇਨ। ਦੂਸਰਾ ਇਸੇ ਤਰ੍ਹਾਂ ਗਣਿਤ ਹੈ, ਜਿਹੜਾ ਗਿਣਤੀ 'ਚ ਆਵੇ ਅਤੇ ਅਗਣਿਤ ਜਿਹੜਾ ਗਿਣਤੀ 'ਚ ਨਾ ਆਵੇ। ਇਹ ਸੁਖਮਨੀ ਸਾਹਿਬ ਵਿੱਚ ਵੀ ਇਹ ਸ਼ਬਦ ਆਉਂਦਾ ਹੈ, ਅਤੇ ਕਈ ਵਾਰੀ ਸੁਣੀਦਾ ਕਿ ਇਹਨੂੰ ਅਗਨਤ ਪੜਿਆ ਜਾਂਦਾ, ਅਗਨਤ ਨਹੀਂ ਹੈ ਅਗੰਤ। ਦੇਖੋ ਅਗਨਤ ਅਗੰਤ ਦੋਨਾਂ ਦੇ ਅਰਥਾਂ 'ਚ ਫਰਕ ਹੋਏਗਾ। ਇਸੇ ਤਰ੍ਹਾਂ ਗਮ ਤੋਂ ਅਗਮ, ਸੋ ਅਲੱਖ, ਅਗਨ, ਅਗਮ, ਅਗੰਤ, ਬੜੇ ਐਸੇ ਅੱਖਰ ਨੇ ਜਿੱਥੇ ਸਾਨੂੰ ਉਚਾਰਨ ਦਾ, ਉਹਦੀ ਅਗੇਤਰ ਨੂੰ ਲਾਉਣ ਦਾ ਬੜੇ ਧਿਆਨ ਕਰਨ ਦੀ ਲੋੜ ਹੈ। ਵੀਰ ਜਗੀਰ ਸਿੰਘ ਜੀ ਨੇ ਇਸ ਵਿਸ਼ੇ 'ਤੇ ਸਾਨੂੰ ਦੋ ਤਿੰਨ ਵਾਰੀ ਕਾਫੀ ਡਿਟੇਲਡ ਸਮਝਾਇਆ, ਔਰ ਖਾਸ ਕਰਕੇ ਹਾਹੇ ਅੱਖਰ ਦੀ ਜਿਹੜੀ ਵਰਤੋਂ ਹੈ, ਜਿਸ ਨੂੰ ਔਂਕੜ ਲੱਗ ਜਾਂਦੀ ਜਾਂ ਸਿਆਰੀ ਲੱਗ ਜਾਂਦੀ, ਜਾਂ ਜਿਸ ਵੇਲੇ ਦੋ ਹਾਹੇ ਹੁੰਦੇ ਨੇ ਤਾਂ ਉਹਨੂੰ ਹੋਹੋ ਪੜ੍ਹਨਾ ਕਿ ਹੋ ਪੜ੍ਹਨਾ, ਹਾਹੇ ਨੂੰ ਹੋੜਾ, ਹਾਹੇ ਨੂੰ ਸਿਆਰੀ, ਉਹਨੂੰ ਹੋਹੇ ਪੜ੍ਹਨਾ ਕਿ ਹੋਏ ਪੜ੍ਹਨਾ। ਵੀਰ ਜਗਿੰਦਰ ਸਿੰਘ ਨੇ ਬੜੀ ਡਿਟੇਲਡ, ਉਹ ਸਾਡੀ ਯੂਟਿਊਬ ਚੈਨਲ 'ਤੇ ਉਹ ਪਿਆ ਵੀ ਹੋਇਆ, ਤੋ ਉੱਧਰ ਧਿਆਨ ਦੇਣ ਦੀ ਲੋੜ ਹੈ। ਅਤੇ ਸਾਡੇ ਆਪਣਾ ਉਚਾਰਨ ਜਿਹੜਾ ਠੀਕ ਹੋਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਜੇ ਉਚਾਰਨ ਠੀਕ ਹੋਏਗਾ ਤਾਂ ਉਸ ਸ਼ਬਦ ਦੀ ਅੰਡਰਸਟੈਂਡਿੰਗ ਵੀ ਠੀਕ ਹੋਏਗੀ। ਤੋ ਭੈਣ ਮਨਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਸ਼ਬਦ ਨੂੰ ਨਿਭਾਇਆ।